ਸਲਾਮ ਅਲੈਕਮ ਵੀਰੋ, ਕੀ ਹਾਲ ਹੈ? ਠੀਕ ਹੋ? ਫਿੱਟ ਫਾਟ ਵੀਰੋ? ਤੁਹਾਨੂੰ ਪਤਾ ਹੈ ਤੁਹਾਡਾ ਲਾਲਾ ਜਿਹੜਾ ਨਾ ਕੰਮ ਸਸਤਾ ਲੈ ਹੁੰਦਾ ਅਤੇ ਮਾਰਬਲ ਵੀ ਸਰਦਾ ਅਤੇ ਥੋੜ੍ਹੀ ਜਿਹੀ ਤੁਹਾਨੂੰ ਦੱਸਿਆ ਤੁਹਾਡਾ ਲਾਲਾ ਜਿਹੜਾ ਨਾ ਅੱਜ ਹੀ ਮਿਹਨਤ ਕਰ ਲੈਂਦਾ। ਚਲੋ ਕੋਈ ਮਾੜਾ ਬੰਦਾ ਵੀ ਲਿਆਏ ਉਹਦਾ ਕੋਲ ਡਿਜ਼ਾਇਨ ਨਹੀਂ ਬਣਾਉਣ ਹੁੰਦੇ ਅਤੇ ਸਾਡੀ ਕੋਸ਼ਿਸ਼ ਇਹੀ ਹੁੰਦੀ ਹੈ ਸਾਡੇ ਕੋਲ ਸਾਦਾ ਮਾਰਬਲ ਹੋਵੇ ਨਾ, ਉਹਦੇ ਵਿੱਚ ਆਪਣੀ ਕੋਈ ਮੀਨਾਕਾਰੀ ਵੀ ਬਹਾ ਲਈ ਦੀ, ਕੋਈ ਜਗਾੜ ਜਗੂੜ ਲਾ ਕੇ ਨਾ ਜਿੰਝ ਵੀ ਆਇਆ ਨਾ ਮਾਰਬਲ ਸੋਹਣਾ ਲੱਗੇ, ਉਹਦੀ ਕੋਈ ਨਾ ਕੋਈ ਤਰਤੀਬ ਲਾ ਲੈਂਦੇ ਹਾਂ। ਅਤੇ ਅੱਗੇ ਵੀ ਕੋਈ ਦੋ ਤਰ੍ਹਾਂ ਮਾਰਬਲ ਲਾਏ ਨੇ ਕਮਰੇ ਸ਼ਮਰਿਆਂ ਦੇ, ਉਹਦੇ ਵਿੱਚ ਵੀ ਜ਼ਰਾ ਚੇਨਿੰਗ ਸ਼ੇਨਿੰਗ ਕੀਤੀ, ਕੋਈ ਡਿਜ਼ਾਇਨ ਡਿਜ਼ਾਇਨ ਥੋੜ੍ਹਾ ਬਹੁਤਾ ਕੋਈ ਫੁੱਲ ਪਰਾਂਦੇ ਬਣਾਏ ਨੇ। ਅਤੇ ਅੱਜ ਸਾਡੇ ਕੋਲ ਸੀ ਆ ਬਾਰਡਰ ਪਏ ਆ 2.5 ਇੰਚ ਦਾ ਬਲੈਕ ਰੰਗ ਦਾ, ਠੀਕ ਹੈ, 4 ਫੁੱਟ ਦੇ ਬਾਹਰ ਹਨ। ਇਹਨਾਂ ਵਿੱਚੋਂ ਅਸੀਂ 4 ਫੁੱਟ ਦੇ ਪੀਸ ਕੱਢੇ ਨੇ ਅਤੇ ਕਮਰਾ ਲਾਉਣੀਆਂ ਅਤੇ ਬੈਡਰੂਮ ਬਣਿਆ ਛੋਟਾ ਜਿਹਾ, ਅਤੇ ਉਹਦੀ ਜਿਹੜੀਆਂ ਦਮਾਲੀ ਵੀ ਬਿਲਕੁਲ ਸਾਈਡਾਂ 'ਤੇ ਸਾਦੀ ਲਾਈ ਹੈ, ਕੋਈ ਬਾਰਡਰ ਕੱਟ ਨਹੀਂ ਦਿੱਤਾ, ਅਤੇ ਵਿੱਚ ਨਾਲ ਟਾਇਲ ਲਾ ਲਏ ਪੇਟਾ ਪੱਟੀ ਦੀ, ਅਤੇ ਨਾਲ ਹੈ ਬਾਰਡਰ ਦਾ ਵਿੱਚ ਪੀਸ ਲਾ ਲਏ, ਅਤੇ ਜ਼ਰਾ ਮੈਂ ਨਾ ਮਾਹੌਲ ਪੂਰਾ ਬਣ ਜਾਂਦਾ ਅਤੇ ਪੂਰੇ ਨੋਰੇ ਹੋਣ ਦਾ। ਅਤੇ ਵੀਡੀਓ ਦੇਖੋ, ਇੰਜੋਏ ਕਰੋ। ਲਓ ਜੀ, ਮਾਸ਼ਾਅੱਲਾ ਬਿਲਕੁਲ ਸਾਦਾ ਮਾਰਬਲ ਸੀ, ਅਤੇ ਇਹਦੇ 'ਚ ਪਟਾ ਲਾ ਫੜਿਆ 2.5 ਇੰਚੀ ਦਾ ਬਾਰਡਰ ਦਾ, ਅਤੇ ਮੈਂ ਨਾ ਕਮਰੇ ਦੀ ਲੁੱਕ ਵੇਖੋ ਆਇਆ ਪੂਰੇ ਲੋਰੇ ਚੈੱਕ ਕਰ, ਸਾਈਡਾਂ 'ਤੇ ਬਿਲਕੁਲ ਸਾਦੀ ਦਮਾਲੀ ਹੈ, ਇੱਕ ਇੱਕ ਟਾਇਲ ਲਾਈ ਹੈ, ਬਾਰਡਰ ਨਹੀਂ ਲਾਇਆ, ਬਿਲਕੁਲ ਨੀਆਂ ਮੀਆਂ ਕਰ ਲਿਆ ਸਾਦਾ ਹੀ। ਖਰਚਾ ਵੀ ਕੋਈ ਨਹੀਂ, ਸਾਦਾ ਸਾਦਾ ਕੰਮ, ਖਰਚਾ ਵੀ ਉਨਾ, ਪੈਸੇ ਵੀ ਥੋੜ੍ਹੇ, ਅਤੇ ਕੰਮ ਡੈਕੋਰੇਸ਼ਨ ਬਣ ਜਾਂਦੀ ਕੰਮ ਦੀ।